ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਲਈ ਵਿਰੋਧੀ ਧਿਰਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਆਖਿਆ ਹੈ ਕਿ ਕੈਪਟਨ ਨੇ ਇਹ ਦਾਅਵਾ ਕਰਕੇ ਨਾ ਸਿਰਫ SIT ਜਾਂਚ ਨੂੰ ਨੁਕਸਾਨ ਪਹੁੰਚਾਇਆ ਹੈ ਬਲਕਿ ਖੁਦ ਵੱਲੋਂ ਗਠਿਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਨਕਾਰਨ ਦੇ ਨਾਲ ਨਾਲ ਵਿਧਾਨ ਸਭਾ ਦੀ ਬਹਿਸ ਦਾ ਵੀ ਮਜ਼ਾਕ ਉਡਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਬਾਦਲ ਜਿੰਦਲੀ ਦਾ ਹੁਣ ਲੋਕਾਂ ਸਾਹਮਣੇ ਖੁਲਾਸਾ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਸਭ ਤੋਂ ਵੱਡਾ ਵਾਅਦਾ ਸੀ ਇਲੈਕਸ਼ਨ ਦੇ ਵਿੱਚ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਚਾਹੇ ਉਹ ਕਿੱਡੀ ਤਾਕਤਵਰ ਹੋਣ, ਕਿਸੇ ਡੇਰੇ ਦੇ ਮੁਖੀ ਹੋਣ ਜਾਂ ਜਿਹੜਾ ਪੁਲਿਸ ਵਾਲਿਆਂ ਨੇ ਦੋ ਸਿੱਖ ਨੌਜਵਾਨ ਮਾਰੇ, ਇਹਨਾਂ ਨੂੰ ਪੂਰੀ ਸਜ਼ਾ ਦੇਵਾਂਗੇ। ਔਰ ਉਸ ਮਕਸਦ ਲਈ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਜਿਹਨੇ ਕਾਫੀ ਵੋਲੂਮਨਸ ਰਿਪੋਰਟ ਦਿੱਤੀ, ਕਈ ਸੈਂਕੜੇ ਪੇਜਾਂ ਦੀ ਰਿਪੋਰਟ। ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਡੇਢ ਸਾਲ ਦੀ ਗਰਾਊਂਡ ਲੈਵਲ ਤੇ ਜਾ ਕੇ ਤਹਿਕੀਕਾਤ ਤੋਂ ਬਾਅਦ, ਔਰ ਉਸ ਰਿਪੋਰਟ ਨੂੰ ਪਿਛਲੇ 28 ਅਗਸਤ 2018 ਉਹਦਾ 8-10 ਘੰਟੇ ਡਿਬੇਟ ਚੱਲਿਆ ਪੰਜਾਬ ਦੀ ਵਿਧਾਨ ਸਭਾ 'ਚ। ਸਾਰੇ ਕਾਂਗਰਸ ਦੇ ਮਿਨਿਸਟਰਸ ਨੇ, ਕਾਂਗਰਸ ਦੇ MLAs ਨੇ ਬੜੇ ਜ਼ੋਰਦਾਰ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਹਾ ਸੀਗਾ ਕਿ ਇਸ ਮਸਲੇ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਲੋਕ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਲੇਕਿਨ ਅਨਫੋਰਚੁਨੇਟਲੀ ਉਸ ਵਿਧਾਨ ਸਭਾ ਦੇ ਸੈਸ਼ਨ ਬੀਤੇ ਨੂੰ ਵੀ ਕਾਫੀ ਟਾਈਮ ਹੋ ਗਿਆ, ਆਲਮੋਸਟ 1 ਸਾਲ ਤੋਂ ਉੱਤੇ ਹੋ ਗਿਆ। ਹੁਣ ਅੱਜ ਆਪਾਂ 2019 ਦੀ 24 ਸਪਟੈਂਬਰ 'ਚ ਖੜੇ ਹਾਂ ਤੇ ਅੱਜ ਸਭ ਤੋਂ ਅਫਸੋਸਨਾਕ ਜਿਹੜਾ ਸਟੇਟਮੈਂਟ ਆਈ ਕੈਪਟਨ ਅਮਰਿੰਦਰ ਸਿੰਘ ਦੀ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਇਹ ਅੱਜ ਦੀ ਟਾਈਮ ਹਿੰਦੁਸਤਾਨ ਟਾਈਮਜ਼ ਅਖਬਾਰ ਹੈ, ਨੈਸ਼ਨਲ ਪੇਪਰ ਹੈ, ਬਹੁਤ ਵੱਡਾ ਫੁੱਲ ਪੇਜ ਇੰਟਰਵਿਊ ਆ। ਉਹਦਾ ਹੈਡਿੰਗ ਹੀ ਉਹਨਾਂ ਨੇ ਲਾਇਆ, ਬਾਦਲ ਨਾਟ ਇਨਵੋਲਵਡ ਇਨ ਸੈਕਰਿਲੇਜ, ਨੋ ਟਾਈਮ ਫਰੇਮ ਔਨ SIT। ਭਾਵ ਕਿ ਬਾਦਲ ਦਾ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਕੋਈ ਕਸੂਰ ਨਹੀਂ ਸੀਗਾ ਤੇ SIT ਜਿਹੜੀ ਬਣਾਈ ਕੁੰਵਰ ਵਿਜੇ ਪ੍ਰਤਾਪ ਸਿੰਘ, ਇਹਦਾ ਕੋਈ ਟਾਈਮ ਫਰੇਮ ਹੀ ਹੈ ਨਹੀਂ। ਇਸ ਬਿਆਨ ਨੇ ਸਮੂਹ ਜਿਹੜੇ ਲੋਕ ਇਸ ਇਸ਼ੂ ਦੇ ਨਾਲ ਕਨੈਕਟਡ ਨੇ ਉਹਨਾਂ ਦੇ, ਮੈਂ ਕਹਿੰਦਾ ਕਿ ਉਹਨਾਂ ਨੂੰ ਉਹਨਾਂ ਵਾਸਤੇ ਬਹੁਤ ਮਾੜੀ ਖਬਰ ਦਿੱਤੀ ਕੈਪਟਨ ਅਮਰਿੰਦਰ ਸਿੰਘ। ਔਰ ਜੇ ਤੁਸੀਂ ਕਹਿੰਦੇ ਕਿ ਬਾਦਲਾਂ ਦੀ ਇਨਵੋਲਵਮੈਂਟ ਹੀ ਹੈ ਨਹੀਂ ਤੇ ਫਿਰ ਆਪਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਿਉਂ ਬਣਾਇਆ ਸੀਗਾ? ਫਿਰ ਆਪਾਂ ਨੂੰ SIT ਵੀ ਬਣਾਉਣ ਦੀ ਲੋੜ ਨਹੀਂ ਸੀ, ਫਿਰ ਤਾਂ ਥੱਲੇ ਕਿਸੇ ਥਾਣੇਦਾਰ ਨੂੰ ਕਹਿ ਦਿੰਦੇ ਜਿਹੜੇ ਹੌਲਦਾਰ ਥਾਣੇਦਾਰਾਂ ਨੇ ਗੋਲੀ ਮਾਰੀ ਸੀ ਤੇ ਚੰਦ ਦੋਸ਼ੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਰਕੇ ਪਾੜੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਹਨਾਂ ਨੂੰ ਫੜ ਕੇ ਥਾਣੇਦਾਰ ਅੰਦਰ ਦੇ ਦਿੰਦਾ। SIT ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਇਸ ਲਈ ਬਣਾਇਆ ਗਿਆ ਸੀਗਾ ਕਿਉਂਕਿ ਇਹਦਾ ਜਿਹੜਾ ਇਹਦੇ ਰੈਮੀਫਿਕੇਸ਼ਨ ਸੀਗੇ ਇਸ ਕੇਸ ਦੇ, ਉਹ ਬਹੁਤ ਵੱਡੇ ਬੰਦਿਆਂ ਵੱਲ ਜਾਂਦੀ ਸੀ, ਬਾਦਲ ਵੱਲ ਜਾਂਦੀ ਸੀ, ਸੁਖਬੀਰ ਬਾਦਲ ਵੱਲ ਜਾਂਦੀ ਸੀ, ਸੁਮੇਧ ਸਿੰਘ ਸੈਣੀ ਵੱਲ ਜਾਂਦੀ ਸੀ ਔਰ ਡੇਰਾ ਸੱਚਾ ਸੌਦਾ ਦੇ ਮੁਖੀ ਵੱਲ ਜਾਂਦੀ ਸੀ। ਜੇ ਡੇਰਾ ਸੱਚਾ ਸੌਦਾ ਨੇ ਜਿਹੜੀ ਪੋਸ਼ਾਕ ਪਾਈ ਸੀ ਉਸ ਵਕਤ ਉਹਦੇ ਮੁਖੀ ਨੇ, ਜੇ ਉਸ ਵਕਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ SGPC ਫਰਮ ਸਟੈਂਡ ਲੈ ਕੇ ਉਹਦੇ ਤੇ ਪੂਰਾ ਪੁਖਤਾ ਕਾਰਵਾਈ ਕਰ ਦਿੰਦੇ ਤੇ ਇਹ ਨੌਬਤ ਹੀ ਨਹੀਂ ਸੀ ਆਉਣੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਦੀ, ਕਦੀ ਪੰਜਾਬ ਦੇ ਵਿੱਚ ਸੋਚਣਾ ਤਾਂ ਕੀ ਕਦੀ ਸੁਪਨਾ ਵੀ ਨਹੀਂ ਸੀ ਲੈਣਾ। ਪਰ ਕਿਉਂਕਿ ਪੰਜਾਬ ਸਰਕਾਰ ਨੇ ਉਹਦੇ ਤੇ ਕੰਪਰੋਮਾਈਜ਼ ਕੀਤਾ ਵੋਟਾਂ ਦੀ ਖਾਤਰ ਤੇ ਜਿਹੜਾ ਮੁਕੱਦਮਾ FIR ਜਿਹੜੀ ਪੋਸ਼ਾਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਦਰਾਂ ਬਰਾਬਰੀ ਕੀਤੀ ਸੀ, ਉਹ ਕੇਸ ਜਦੋਂ ਬਠਿੰਡੇ ਦੀ ਅਦਾਲਤ ਵਿੱਚ ਗਿਆ ਤੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਫੋਲੋ ਅਪ ਐਕਸ਼ਨ ਨਹੀਂ ਕੀਤਾ। ਔਰ ਬਲਕਿ 2012 ਦੀ ਅਸੈਂਬਲੀ ਤੋਂ ਪਹਿਲਾਂ, ਐਨ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਸੈਸ਼ਨ ਜੱਜ ਤੇ ਟ੍ਰਾਇਲ ਚੱਲਦੀ ਸੀਗੀ ਉਹਦੇ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਕੇ ਅਕਾਲੀ ਦਲ ਦੀ ਸਰਕਾਰ ਨੇ ਤੇ ਡੇਰਾ ਮੁਖੀ ਨੂੰ ਉਹਦੇ ਚੋਂ ਬਾਇਜ਼ਤ ਡਿਸਚਾਰਜ ਕਰਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਵੀ ਸਾਨੂੰ ਕੌਣ ਛੇੜਨ ਵਾਲਾ, ਅਕਾਲੀ ਦਲ ਦੀ ਸਰਕਾਰ ਸਾਡੇ ਨਾਲ ਆ। ਫਿਰ ਉਹਨਾਂ ਨੇ ਕਹਿ ਕੇ ਮਿੱਥ ਕੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਅੱਗੇ ਬੇਅਦਬੀਆਂ ਦਾ ਕੰਮ ਸ਼ੁਰੂ ਕਰਿਆ। ਸੁਭਾਵਕ ਸੀਗਾ ਕਿ ਲੋਕਾਂ ਨੇ ਐਜੀਟੇਟ ਕਰਨਾ ਸੀਗਾ, ਲੋਕਾਂ ਨੇ ਐਜੀਟੇਟ ਕੀਤਾ ਤੇ ਉੱਥੇ ਮੋਰਚਾ ਲੱਗਿਆ, ਉੱਥੇ ਧਰਨੇ ਮੁਜ਼ਾਹਰੇ ਹੋਏ ਕੋਟਕਪੂਰੇ ਦੇ ਚੌਂਕ ਵਿੱਚ ਜਾਂ ਬਹਿਬਲ ਕਲਾਂ ਦੇ ਵਿੱਚ ਤੇ ਪੁਲਿਸ ਕਿਉਂਕਿ ਹੈਂਕੜ ਵਿੱਚ ਸੀ ਸਾਰੇ ਕਿ ਸਾਨੂੰ ਸ਼ਰਨ ਮਿਲ ਰਹੀ ਹੈ ਸਰਕਾਰ ਵੱਲੋਂ। ਜਿਹੜੇ ਲੋਕ ਜਿਹੜੇ ਪਹਿਲਾਂ ਹੀ ਨੋਨ ਐਂਟੀ ਸਿੱਖ ਅਫਸਰ ਸੀਗੇ ਜਿਨ੍ਹਾਂ ਦੇ ਪਹਿਲਾਂ ਹੀ ਧੱਬੇ ਲੱਗੇ ਸੀ ਝੂਠੇ ਪੁਲਿਸ ਮੁਕਾਬਲਿਆਂ ਦੇ, ਉਹਨਾਂ ਨੇ ਦਗੜ ਦਗੜ ਕਰਕੇ ਹੁਕਮ ਦੇ ਕੇ ਤੇ ਉੱਥੇ ਦੋ ਸਿੱਖ ਨੌਜਵਾਨ ਮਾਰਤੇ 14 ਅਕਤੂਬਰ ਦੀ ਸਵੇਰ ਨੂੰ ਤੇ ਗੋਲੀ ਚਲਾਈ ਕੋਟਕਪੂਰੇ ਦੇ ਵਿੱਚ। ਹੁਣ ਇਹ ਕਹਿੰਦੇ ਕੈਪਟਨ ਸਾਹਿਬ ਕਿ ਬੇਅਦਬੀ ਦੇ ਵਿੱਚ ਉਹਨਾਂ ਦਾ ਰੋਲ ਹੀ ਕੋਈ ਨਹੀਂ। ਵੀ ਜੇ ਬਤੌਰ ਚੀਫ ਮਿਨਿਸਟਰ ਤੇ ਬਤੌਰ ਡਿਪਟੀ ਚੀਫ ਮਿਨਿਸਟਰ ਉਹ ਬੇਅਦਬੀਆਂ ਕਰਨ ਵਾਲਿਆਂ ਨੂੰ ਕਿਤੇ ਸਜ਼ਾ ਹੀ ਨਹੀਂ ਦਿੰਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਰਾਬਰਤਾ ਕਰਦੇ ਨੇ, ਮਰਿਆਦਾ ਭੰਗ ਕਰਦੇ ਨੇ, ਉਹਨਾਂ ਨੂੰ ਬਚਾਇਆ ਜਾਂਦਾ ਵਾ ਤੇ ਫਿਰ ਬੇਅਦਬੀਆਂ ਤਾਂ ਪੰਜਾਬ ਦੇ ਵਿੱਚ ਹੋਣੀਆਂ ਸੀਗੀਆਂ।
ਪੰਜਾਬ ਦੇ ਕੈਬਨਿਟ ਮੰਤਰੀ ਗੁਰਦਿਲ ਸਿੰਘ ਕਾਂਗੜ ਨੇ ਪੰਜਾਬ ਵਿਚ 4 ਸੀਟਾਂ ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਮਾਲ ਮੰਤਰੀ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ। ਉੱਥੇ ਹੀ ਗੁਰਪ੍ਰੀਤ ਸਿੰਘ ਕਾਂਗੜ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਉੱਠ ਰਹੇ ਬਾਗੀ ਸੁਰਾਂ ਤੇ ਕਿਹਾ ਕਿ ਪਾਰਟੀ ਦੇ ਸੋਚ ਸਮਝ ਕੇ ਹੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਦੁਸਹਿਰੇ ਦਾ ਤਿਉਹਾਰ ਆਉਣ ਵਾਲਾ ਹੈ, ਜਿਸ ਕਾਰਨ ਹਰ ਕਿਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਇਸ ਵਾਰ ਸਿੱਖੇ ਬਿਊਟੀਫੁਲ ਚੰਡੀਗੜ੍ਹ ਚ ਜੋ ਦੁਸਹਿਰਾ ਮਨਾਇਆ ਜਾਵੇਗਾ ਉਹ ਬੇਹੱਦ ਹੀ ਖਾਸ ਹੋਵੇਗਾ, ਕਿਉਂਕਿ ਸ਼ਹਿਰ ਚ ਜਿਹੜਾ ਰਾਵਣ ਦਾ ਬੁੱਤ ਫੂਕਿਆ ਜਾਵੇਗਾ ਉਸ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ਼ਹਿਰ ਚ ਦੇਸ਼ ਦਾ ਸਭ ਤੋਂ ਵੱਡਾ 221 ਫੁੱਟ ਦਾ ਰਾਵਣ ਦਾ ਬੁੱਤ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਵੀ ਖਾਸ ਕਰ ਇਹ ਹੈ ਕਿ ਇਹ ਬੁੱਤ ਵਾਟਰਪ੍ਰੂਫ ਹੋਵੇਗਾ ਅਤੇ ਇਸ ਤੇ ਮੀਂਹ ਦਾ ਕੋਈ ਅਸਰ ਨਹੀਂ ਹੋਵੇਗਾ। ਅੰਮ੍ਰਿਤਸਰ ਵਿਚ ਕਬਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉੱਥੇ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਤਰਫੋਂ ਕਰਾਉਣ ਦੀ ਹਦਾਇਤ ਵੀ ਕੀਤੀ। ਵਿਵਾਦਾਂ ਚ ਘਿਰੇ ਮਾਨ ਨੂੰ ਕਾਂਗਰਸੀ ਆਗੂ ਰਾਜਾ ਵੜਿੰਗ ਦਾ ਸਾਥ ਮਿਲਿਆ ਹੈ। ਹੱਕ ਚ ਕਈਆਂ ਵਿਵਾਦਾਂ ਚ ਘਿਰੇ ਗੁਰਦਾਸ ਮਾਨ ਨੂੰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਾਥ ਮਿਲਿਆ ਹੈ। ਰਾਜਾ ਵੜਿੰਗ ਨੇ ਮਾਨ ਵੱਲੋਂ ਲੰਮੇ ਅਰਸੇ ਤੋਂ ਮਾਂ ਬੋਲੀ ਦੀ ਸੇਵਾ ਦਾ ਹਵਾਲਾ ਦਿੱਤਾ ਤੇ ਨਾਲ ਹੀ ਕਿਹਾ ਕਿ ਗੁਰਦਾਸ ਮਾਨ ਕਿਸੇ ਵੀ ਭਾਸ਼ਾ ਦੀ ਆਲੋਚਨਾ ਨਹੀਂ ਕਰਦੇ। ਉਹ ਬਈ ਮੈਂ ਸਪੋਰਟ ਤੋਂ ਮਤਲਬ ਇਹ ਹੈ ਕਿ ਗੁਰਦਾਸ ਮਾਨ ਗਿੱਦੜਬਾ ਦੀ ਧਰਤੀ ਦਾ ਵਸਨੀਕ ਹੈ ਔਰ ਮਗਰਲੇ 50 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਲੜਾਈ ਲੜ ਰਿਹਾ ਗੁਰਦਾਸ ਮਾਨ। ਲੋਕਾਂ ਦੀ ਲੜਾਈ ਲੜੀ, ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਦੇ ਕੋਨੇ ਕੋਨੇ ਚੋਂ ਬੰਦਾ ਲੈ ਕੇ ਗਿਆ। ਮੈਂ ਤਾਂ ਉਹਨੂੰ ਨਕਮਸਤਕ ਕਰਦਾ ਉਸ ਐਸੇ ਵਿਅਕਤੀ ਨੂੰ ਯਾਰ, ਜਿਸ ਬੰਦੇ ਨੇ ਪੰਜਾਬ ਦੇ ਲਈ, ਪੰਜਾਬੀ ਮਾਂ ਬੋਲੀ ਲਈ, ਸਾਡੇ ਸ਼ਹਿਰ ਵਾਸਤੇ ਬੜਾ ਵੱਡਾ ਨਾਂ ਰੋਸ਼ਨ ਕੀਤਾ। ਪਰ ਇੱਕ ਅੱਧਾ ਵਿਅਕਤੀ ਯਾਰ ਮੁਰਦਾਬਾਦ ਦਾ ਨਾਰਾ ਲਾ ਕੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਉਹੋ ਜਿਹੇ ਇਨਸਾਨ ਨੂੰ। ਬਿਲਕੁਲ ਯਾਰ, ਗੁਰਦਾਸ ਮਾਨ ਨੇ ਕਦੇ ਕਿਸੇ ਦੀ ਨਖੇਧੀ ਨਹੀਂ ਕੀਤੀ। ਗੁਰਦਾਸ ਮਾਨ ਜੀ ਨੂੰ ਅਗਰ ਤੁਸੀਂ ਕਿਸੇ ਨੇ, ਸਭ ਨੇ ਆਪਾਂ ਸੁਣਿਆ ਗਿੱਦੜਬੇ ਦੇ ਲੋਕਾਂ ਨੇ, ਉਹਨਾਂ ਨੇ 45 ਸਾਲਾਂ ਵਿੱਚ ਕਿਸੇ ਚੀਜ਼ ਦਾ ਕ੍ਰਿਟਿਸਿਜ਼ਮ ਨਹੀਂ ਕੀਤਾ, ਕਿਸੇ ਨੂੰ ਮਾੜਿਆ ਨਹੀਂ ਕਿਹਾ ਉਹਨਾਂ ਨੇ। ਜੇ ਤੁਸੀਂ ਉਹਨੂੰ ਉਰਦੂ ਦੇ ਬਾਰੇ ਪੁੱਛਦੇ, ਉਹਨਾਂ ਕਹਿੰਦੇ ਉਰਦੂ ਵੀ ਬਹੁਤ ਚੰਗਾ। ਜੇ ਉਹਨਾਂ ਨੂੰ ਪੁੱਛਦੇ ਕਿ ਫਲਾਨੀ ਤਮਿਲ ਭਾਸ਼ਾ ਕਿਵੇਂ, ਉਹਨਾਂ ਨੇ ਕਹਿਣਾ ਸੀ ਤਮਿਲ ਭਾਸ਼ਾ ਵੀ ਬਹੁਤ ਚੰਗੀ, ਬੇਸ਼ੱਕ ਉਹ ਸਿੱਖ ਹੈ, ਬੇਸ਼ੱਕ ਉਹ ਪੰਜਾਬੀ ਹੈ, ਕਿਉਂਕਿ ਮੈਂ ਗੁਰਦਾਸ ਮਾਨ ਜੀ ਨੂੰ ਜਾਣਦਾ ਹਾਂ ਅੰਦਰੋਂ ਚੰਗੀ ਤਰ੍ਹਾਂ, ਉਹਨਾਂ ਦੇ ਮਨ ਚ ਕੀ ਹੈ। ਬੱਚਿਆਂ ਦਾ ਮਨੋਬਲ ਉੱਪਰ ਚੁੱਕਣ ਲਈ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨੇ ਮਿਸਾਇਲ ਕਾਇਮ ਕੀਤੀ ਹੈ। ਇਸ ਨਵੇਕਲੀ ਪਹਿਲ ਦਾ ਸਿਹਰਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਪਿੰਕੀ ਨੂੰ ਜਾਂਦਾ ਹੈ, ਜਿਨ੍ਹਾਂ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਦੀ 6ਵੀਂ ਕਲਾਸ ਦੀ ਸਪੈਸ਼ਲ ਬੱਚੀ ਨੂੰ ਇੱਕ ਦਿੱਲੀ ਸਕੂਲ ਦਾ ਪ੍ਰਿੰਸੀਪਲ ਬਣਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਖੁਸ਼ੀ ਨੂੰ ਘਰ ਤੋਂ ਗੱਡੀ ਤੇ ਲੈ ਕੇ ਗਏ ਤੇ ਇੱਕ ਦਿਨ ਲਈ ਪ੍ਰਿੰਸੀਪਲ ਦੀ ਕੁਰਸੀ ਤੇ ਬਿਠਾਇਆ ਤੇ ਫੁੱਲਾਂ ਦਾ ਗੁਲਦਸਤਾ ਵੀ ਭੇਟ ਕੀਤਾ। ਖੁਸ਼ੀ ਨੇ ਵਿਧਾਇਕ ਨਾਲ ਪੂਰੇ ਸਕੂਲ ਦੀ ਮੁਆਇਨਾ ਕੀਤਾ। ਦਰਅਸਲ ਵਿਧਾਇਕ ਪਰਮਿੰਦਰ ਪਿੰਕੀ 2 ਦਿਨ ਪਹਿਲਾਂ ਦੀ ਸਮਾਰਟ ਸਕੂਲ ਦੀ ਉਦਘਾਟਨ ਕਰਨ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਉਹਨਾਂ ਨੇ ਜਦੋਂ ਖੁਸ਼ੀ ਨੂੰ ਸਵਾਲ ਕੀਤਾ ਕਿ ਉਹ ਭਵਿੱਖ ਚ ਕੀ ਬਣਨਾ ਚਾਹੁੰਦੀ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਪ੍ਰਿੰਸੀਪਲ ਬਣਨਾ ਚਾਹੁੰਦੀ ਹੈ, ਜਿਸ ਦੇ ਬਾਅਦ ਉਹਨਾਂ ਨੇ ਖੁਸ਼ੀ ਨੂੰ ਇੱਕ ਨਵੇਂ ਪ੍ਰਿੰਸੀਪਲ ਬਣਾਉਣ ਦਾ ਫੈਸਲਾ ਲਿਆ। ਐਮਐਲਏ ਸਾਹਿਬ ਨੇ ਇੱਕ ਖਾਸ ਬੱਚੀ ਨੂੰ ਪ੍ਰਿੰਸੀਪਲ ਬਣਾਉਣ ਲਈ ਚੁਣਿਆ। ਉਹਦਾ ਮੁੱਖ ਮਕਸਦ ਇਹ ਕਿ ਬੱਚੇ ਕਿਸੇ ਕਾਰਨ ਕਰਕੇ ਵਿਕਾਸ ਨਹੀਂ ਜੇ ਹੋ ਪਾਉਂਦਾ ਗਾ ਤਾਂ ਉਹ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ, ਉਹ ਬੱਚੇ ਜਿਹੜੇ ਨੇ ਬਾਕੀ ਬੱਚਿਆਂ ਨਾਲੋਂ ਵੀ ਬਰਾਬਰ ਹੀ ਸਮਝਣ, ਔਰ ਉਹ ਬੱਚਿਆਂ ਜੇ ਕਿਸੇ ਤਰ੍ਹਾਂ ਕਾਰਨ ਕੰਫੀਡੈਂਸ ਲੂਜ਼ ਹੋ ਰਿਹਾ ਹੈ ਉਹ ਸੈਲਫ ਕੰਫੀਡੈਂਸ ਉਹਨਾਂ ਦਾ ਉਸੇ ਤਰ੍ਹਾਂ ਹੀ ਬਿਲਟ ਅਪ ਰਵੇ ਤਾਂ ਜੋ ਇਹ ਬੱਚੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਇਹ ਚੱਲ। ਨਵਜੰਮੇ ਬੱਚਿਆਂ, ਗਰਭਵਤੀ ਔਰਤਾਂ ਅਤੇ ਕਿਸ਼ੋਰ ਉਮਰ ਦੀਆਂ ਲੜਕੀਆਂ ਵਿਚ ਕੁਪੋਸ਼ਣ ਤੇ ਕੋਵਿਡ ਕਾਰਡ ਦੀ ਵੱਧ ਰਹੀ ਸਮੱਸਿਆ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾਕਟਰ ਅਮਰੀਕ ਸਿੰਘ ਸੱਧੂ ਦੀਆਂ ਹਦਾਇਤਾਂ ਅਤੇ ਡਾਕਟਰ ਆਸ਼ੀਸ਼ ਬਜਾਜ ਦੀ ਯੋਗ ਅਗਵਾਈ ਹੇਠ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸ਼ਹਿਰ ਦੇ ਕੰਨਿਆ ਪਾਠਸ਼ਾਲਾ ਹਾਈ ਸਕੂਲ ਚ ਪੋਸ਼ਣ ਅਭਿਆਨ ਦਰਮਿਆਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਸ਼ੀਸ਼ ਬਜਾਜ ਨੇ ਕਿਹਾ ਕਿ ਇਸ ਅਭਿਆਨ ਲਈ ਸਰਕਾਰ ਵੱਲੋਂ ਹਰ ਘਰ ਪੋਸ਼ਣ, ਹਰ ਘਰ ਤਿਉਹਾਰ, ਚਲੋ ਅਪਣਾਈਏ ਪੋਸ਼ਣ ਵਿਵਹਾਰ ਨਾਰਾ ਦਿੱਤਾ ਗਿਆ ਹੈ, ਜਿਸ ਦਾ ਮਕਸਦ ਹਰ ਘਰ ਤੱਕ ਪੋਸ਼ਣ ਸੰਬੰਧੀ ਜਾਗਰੂਕਤਾ ਪਹੁੰਚਾਉਣਾ ਹੈ। ਇਸ ਅਭਿਆਨ ਵਿਚ ਸਿਰਫ ਸਿਹਤ ਵਿਭਾਗ ਹੀ ਨਹੀਂ ਸਗੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸਮੇਤ ਕਈ ਹੋਰ ਵਿਭਾਗ ਕੰਮ ਕਰ ਰਹੇ ਹਨ। ਡਾਕਟਰ ਬਜਾਜ ਨੇ ਕਿਹਾ ਕਿ ਪੋਸ਼ਣ ਦਾ ਮਤਲਬ ਪੌਸ਼ਟਿਕ ਆਹਾਰ ਦਾ ਸੇਵਨ ਕਰਨਾ ਹੈ, ਜਿਸ ਨਾਲ ਸਾਡੀ ਸਿਹਤ ਨਰੋਈ ਰਹਿੰਦੀ ਹੈ। ਬੱਚਿਆਂ ਦੇ TD, DPT ਦੇ ਟੀਕੇ ਵੀ ਲਗਵਾਏ ਗਏ। ਇਸ ਮੌਕੇ LHP ਸੁਰਿੰਦਰਪਾਲ ਕੌਰ ਅਤੇ ANM ਬਲਵਿੰਦਰ ਕੌਰ, ਜਸਵੀਰ ਕੌਰ, ਚਰਨਪਾਲ ਕੌਰ, ਰਜਨੀ ਤੋਂ ਇਲਾਵਾ ਸਕੂਲ ਵਿਦਿਆਰਥੀ ਹਾਜ਼ਰ ਸਨ।
watching NC7 News to give advertisement for flash ad, video ad and paid stories on this channel, contact us on 9855858559.